ਅਸਲਾਮੁਆਲੈਕਮ ਮੈਂ ਆਪਕਾ ਹੋਸਟ ਚੌਧਰੀ ਬਾਵਰ ਸ਼ਿਰਕੰਜੂ ਆਪ ਦੇਖ ਰਹੇ ਹਮਾਰਾ YouTube ਚੈਨਲ ਚੌਧਰੀ ਬਾਵਰ ਕੰਜੂ ਅਫੀਸ਼ੀਅਲ ਅੱਜ ਸਾਡੇ ਲਾਈਵ ਪ੍ਰੋਗਰਾਮ ਸ਼ੋਅ ਵਿੱਚ ਸਾਡੇ ਮਹਿਮਾਨ ਮਾਹਤਰਮਾ ਸਲਵਤ ਸੁਲੇਮਾਨ ਸਿਕੰਦਰ ਤਾਰਰ ਸਾਹਿਬਾ ਸਾਡੇ ਮੌਜੂਦ ਨੇ ਅੱਜ ਬਗਾਇਦਾ ਅਸੀਂ ਇਹਨਾਂ ਦੇ ਕੋਲੋਂ ਇਹ ਪੁੱਛਣਾ ਵੀ ਇਹ ਆਪਣਾ ਸਿਆਸੀ ਸਫ਼ਰ ਦਾ ਆਗਾਜ਼ ਕਿਉਂ ਕੀਤਾ ਔਰ ਕਿਸ ਤਰ੍ਹਾਂ ਕੀਤਾ ਤੇ ਔਰ इन सियासी सफ़र आगाज शुरू किया और अपने ही खानदान का इन्ना चुनाव क्यों नहीं किया और दारा ग्रुप इन्हें जाके ज्वाइन किया यही सारे अवा हाल हवाला इन्होंने को पूछने जी वालेकुम जी वालेकुम सलाम जी मोहतरमा साहबा आप इस उम्र में ज इस एज में आकर अपना सियासी चुनाव ਕਿਉਂ ਕੀਤਾ ਹੈ ਸਿਆਸੀ ਚਨਾਉ ਵੇਖੋ ਇਨਸਾਨ ਜਿਸੜ ਕਰਤਾ ਹੈ ਬੜਾ ਮਜਬੂਰ ਹੋ ਕੇ ਕਰਤਾ ਹੈ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਆਪਣੀਆਂ ਨੀਂਦਾਂ ਆਰਾਮ ਕਰੋ ਜਾਂ ਆਪਣਾ ਆਰਾਮ ਔਰ ਸਕੂਨ ਕੁਰਬਾਨ ਕਰੋ ਸੈਕ੍ਰੀਫਾਈਸ ਕਰੋ ਔਰ ਆਗੇ ਤੁਸੀਂ ਪਿੰਡ ਡਿਸ਼ ਬੈਜਾ ਫਿਰ ਪੂਰੇ ਹਲਕੇ ਦੇ ਵਿੱਚ ਤੁਸੀਂ ਫਾਤਿਹ ਵੀ ਜਾ ਰਹੇ ਹੋ ਸ਼ਾਦੀਆਂ ਵੀ ਨਹੀਂ ਮਿਸ ਕਰ ਰਹੇ ਲੋਕਾਂ ਦੀਆਂ ਡਿਮਾਂਡਸ ਤੇ ਵੀ ਪੂਰਾ ਲੈਣਾ ਹੁੰਦਾ ਤੇ ਕੋਈ ਆਸਾਨ ਫੈਸਲਾ ਨਹੀਂ ਸੀ ਮੇਰੀ ਮਜਬੂਰੀ ਸੀ ਔਰ ਮੈਂ ਸਿਆਸਤ ਦਾ ਚੋਣ ਕੀਤਾ ਕਿਉਂਕਿ ਮੇਰੇ ਸਿਰ ਤੇ ਬਾਪ ਨਹੀਂ ਮੇਰੇ ਕੋਲ ਭਰਾ ਨਹੀਂ ਜਵਾਨ ਇਹ ਮੈਂ ਹਰ ਥਾਂ ਤੇ ਹੀ ਦਸਤੀਆਂ ਇਹ ਉਹਨ ਤਕਲੀਫ ਦਾ ਪਤਾ ਹੁੰਦਾ ਜਿੰਨ ਲੱਗੀ ਹੁੰਦੀ ਫਿਰ ਮੇਰੇ ਕੋਲ ਬੇਟਾ ਨਹੀਂ ਅਗਰ ਬੇਟਾ ਹੁੰਦਾ ਤੇ ਮੈਂ ਜ਼ਰੂਰ ਇੰਤਜ਼ਾਰ ਕਰਦੀ ਕਿ ਮੇਰਾ ਬੇਟਾ ਵੱਡਾ ਹੋ ਜਾਏਗਾ ਤੋ ਆਪਣੇ ਨਾਨਾ ਨਾਨੀ ਦੀ ਲੈਗੇਸੀ ਨੂੰ ਲੈ ਕੇ ਚੱਲੇਗਾ ਕਿੰਦਾ ਦਿਲ ਨਹੀਂ ਕਰਦਾ ਕਿ ਉਹਦੇ ਮਾਪੇ ਦਾ ਨਾਂ ਨਿਕਲੇ ਖਤਮ ਹੋ ਜਾਵੇ ਇੱਕਦਮ ਨਾ ਮੈਂ ਕਿਉਂ ਬੈਠੀ ਐ ਇਥੇ ਕੋਈ ਨਾ ਕੋਈ ਤੇ ਮੇਰਾ ਮਕਸਦ ਹੈ ਨਾ ਕਿ ਆਪਣੇ ਮਾਪੇ ਦਾ ਨਾਂ ਲੈ ਕੇ ਚੱਲਾਂ ਨਾ ਕਿ ਇੱਕ ਵੋਟਰ ਰਹਿ ਕੇ ਜਾਂ ਇੱਕ ਸਪੋਰਟਰ ਰਹਿ ਕੇ ਮੈਂ ਜੀਵਾਂ ਇਹ ਮੇਰੀ ਫਿਤਰਤ ਹੀ ਨਹੀਂ ਕਿ ਮੈਂ ਕਿਸੇ ਦੇ ਇਠਾ ਲੱਗ ਕੇ ਰਵਾਂ ਨਹੀਂ ਅੱਛਾ ਮਾਸ਼ਾਅੱਲਾ ਵੱਡੇ ਜਿਹੜੀ والدہ ਸਾਹਿਬਾ ਉਸਨੇ ਵੀ ਆਪਣੇ ਆਜ਼ਾਦੀ ਦੇ ਦੌਰਾਨ ਨਿਸਾਨੀਅਤ ਦੀ ਖਿਦਮਤ ਕਾਫੀ ਕੀਤੀ ਹੈ ਕਾ ਤੁਹਾਡਾ ਵੀ ਉਹੀ ਮਿਸ਼ਨ ਹੈ ਬਈ ਨਿਸਾਨੀਅਤ ਦੀ ਜਾਂ ਇੱਕ ਖਿਦਮਤ ਕਰਨਾ ਜਾਂ ਤੁਹਾਡਾ ਵੀ ਕੋਈ ਹੋਰ ਮਕਸਦ ਸਿਆਸਤ ਚਾਹੁੰਦਾ ਵੇਖੋ ਇੱਕ ਅੰਗਰੇਜ਼ ਦੀ ਮਿਸਾਲ ਹੈ ਲਾਈਕ ਮਦਰ ਲਾਈਕ ਡਾਟਰ ਕਿ ਜਿਵੇਂ ਦੀ ਮਾਂ ਹੋਵੇ ਦੀ ਬੇਟੀ ਇਹ ਤਾਂ ਇੱਕ ਬਹੁਤ ਵੱਡੀ ਕੋਟੇਸ਼ਨ ਹੈ ਤੇ ਮਾਂ ਦਾ ਜਿਹੜਾ ਮਨਸ਼ੂਰ ਸੀ ਉਹ ਖੁਦ ਤੇ ਖਲਕ ਸੀ ਉਹਨਾਂ ਖਿਦਮਤ ਬੇਲੋਸ ਕੀਤੀ ਬੇਵਜ੍ਹਾ ਕੀਤੀ ਬਗੈਰ ਨਾਲਛ ਤੋਂ ਕੀਤੀ ਮੈਂ ਲੋਡ ਪੈ ਗਈ ਨਾ ਮੈਂ ਤਾਂ ਬਾਰ-ਬਾਰ ਦਸਦੀ ਪਈ ਆ ਕਿ والدہ ਦੇ ਇਤਨੇ ਸੋਰਸਿਸ ਸਣ ਕਿ ਉਹਨਾਂ ਨੂੰ ਸਿਆਸਤ ਦੀ ਲੋਡ ਨਹੀਂ ਸੀ ਮੇਰੇ ਸਾਵੇਂ ਦੁਸ਼ਮਣੀਆਂ ਬਾਤ ਨੇ ਹਰੀਫ ਬਾਤ ਨੇ ਦਾਤ ਕੇ ਵੀ ਲੈ ਲੋ ਨਾਨ ਕੇ ਵੀ ਲੈ ਲੋ ਕੋਈ ਪੋਏ ਪਿਆ ਖਿੱਚਦਾ ਹੈ ਤਾਂ ਕੋਈ ਪਲਸਾਂ ਪਿਆ ਪਉਂਦਾ ਹੈ ਤਾਂ ਉਹਦੇ ਹਾਸਤੇ ਫਿਰ ਸਟੈਂਡ ਲੈਣਾ ਪੈਂਦਾ ਹੈ ਇੱਕ ਔਰਤ ਹੋ ਕੇ ਬੇਸ਼ੱਕ ਰੂਪ ਔਰ ਅਦਾ ਹੈ ਲੇਕਿਨ ਫਿਰ ਮਰਦ ਬਣਨਾ ਪੈਂਦਾ ਹੈ और मेरा मिशन जाहरी गल अगर मेरी माँ का यह मिशन सी खिदमतें हल करना मेरा बकायदा ये मिशन है वे कि मैं अपना इस पेंड का की इलाके का की मैं खिदमत कर, कर सक जिनी मैं कर सकनी हाँ और ये मेरी वा, लवालदा की वसीयत भी सी मैं कि ना मेरा डेरा बंद करना है तो तक ना मेरी हवेली बंद करनी है और बेटा काम करने ने ਤਮੇਨ ਕਮਾਂਸ ਤੇ ਫਿਰ ਸਿਆਸਤ ਤੇ ਚਾਉਣਾ ਪਿਆ ਕਿਉਂਕਿ ਤੁਹਾਡਾ ਜਿਸਰ ਤੁਸੀਂ ਸਿਆਸਤ ਤੇ ਚਾਹੁੰਦੇ ਹੋ ਤਾਂ ਫਿਰ ਤੁਹਾਡਾ ਐਡਮਿਨਿਸਟ੍ਰੇਸ਼ਨ ਨਾਲ ਵੀ ਰابط ਤੇ ਹੁੰਦੇ ਨੇ ਤੁਹਾਡੀ ਬਿਊਰੋਕ੍ਰੇਸੀ ਨਾਲ ਵੀ ਰابط ਤੇ ਹੁੰਦੇ ਨੇ ਫਿਰ ਤੁਹਾਡੇ ਕੰਮ ਆਸਾਨ ਹੋ ਜਾਂਦੇ ਅੱਛਾ ਤੁਸੀਂ ਸਿਆਸਤ ਵਿੱਚ ਆਏ ਹੋ ਆਪਣੇ ਤੁਹਾਡੇ ਬਰਾਦਰੀ ਦੇ ਆਪਣੇ ਹੀ گاؤں ਕੋਲੋ ਤਾਰੜ ਦੇ ਵਿੱਚ ਦੋ ਬੜੇ ਸਿਆਸੀ ਘਰਾਨੇ ਨੇ ਤੁਸੀਂ ਇਹਨਾਂ ਆਪਣਾ ਸਿਆਸੀ ਘਰਾਨਿਆਂ ਦਾ ਚਨਾਉ ਨਹੀਂ ਕਿ ਤਦ ਤੁਸੀਂ ਬੁਰਜਦਰਾ ਗਰੁੱਪ ਦਾ ਜਾ ਕੇ ਚਨਾਉ ਕਿ ਤਏ ਇੰਦੀ ਕੀ ਵਜ੍ਹਾ ਹੈ ਪਹਿਲੋਂ ਤੇ ਦੱਸੋ ਕਿ ਕਿਹੜੇ ਸਿਆਸੀ ਕਰਾਨੇ ਨੇ ਮੀਆਂ ਅਫਜ਼ਲ ਹੁਸੈਨ ਤਾਰੜ ਤੇ ਮੀਆਂ ਮਾਮੂਨ জাফর ਤਾਰੜ ਅੱਛਾ ਅਫਸਲ ਹੁਸੈਨ ਤਾਰੜ ਮੇਰੇ ਪਤਰੇ ਲੱਗਦੇ ਨੇ ਪਰ ਆ ਲੱਗਦੇ ਨੇ ਬੜੇ ਮਾਮੂਨ জাফর ਮੇਰੇ ਮਾਮੂ ਦਾ ਬੇਟਾ ਲੱਗਦਾ ਹੈ ਲੇਕਿਨ ਰਿਸ਼ਤੇਦਾਰ ਤਾਂ ਲੇਕਿਨ ਸਿਆਸੀ ਹਰੀਫ ਤੇ ਵੱਡੇ ਸਿਆਸੀ ਹਰੀਫ ਨੇ ਨਾ ਅ ਜਿਸ ਵਕਤ ਤੁਹਾਡੇ ਆਪਣੇ ਰਿਸ਼ਤੇਦਾਰ ਮੂੰ ਫਿਰਦੇ ਨੇ ਜੀ ਠੀਕ ਹੈ ਤੁਹਾਂ ਲੋਕਾਂ ਨੇ ਚੀਜ਼ਾਂ ਨਹੀਂ ਪਤਾ ਹੁੰਦੀਆਂ ਨਾ ਸਨ ਅੰਦਰ ਰਹਿ ਕੇ ਪਤਾ ਹੁੰਦੀਆਂ ਨੇ ਅਸੀਂ ਫੈਮਿਲੀ ਦੇ ਵਿੱਚ ਜਿਸਰ ਫੈਮਿਲੀ ਤੋਂ ਤੁਹਾ ਆਪਣੇ ਤੋਂ ਬੇਦਖਲ ਕਰ ਛੱਡਦੀ ਤੇ ਫਿਰ ਉਹਨਾਂ ਦਾ ਕੋਈ ਮਤਲਬ ਨਹੀਂ ਮੈਨੇ ਪੁੱਛਣ ਦਾ ਕਿ ਮੈਂ ਬੁਰਜਦਾਰੇ ਨੂੰ ਕਿਉਂ ਸੈਲੈਕਟ ਕੀਤਾ ਕਿਉਂਕਿ ਉਹਨਾਂ ਮੈਂ ਰਿਜੈਕਟ ਕੀਤਾ ਜੀ ਜੀ ਉਹਨਾਂ ਮੈਂ ਰਿਜੈਕਟ ਕੀਤਾ ਤੇ ਮੈਂ ਬੁਰਜਦਾਰੇ ਨੂੰ ਸੈਲੈਕਟ ਕੀਤਾ ਅਰੇ ਬੜੀ ਮਿਹਰਬਾਨੀ ਅੰਕਲ ਮੈਦੀ ਹਸਨ ਪੜਤੀ ਦੀ ਕਿ ਉਹਨਾਂ ਸ਼ਫਕਤ ਦਾਤ ਉਹਨਾਂ ਬਾਪ ਵਾਲੀ ਵਿਖਾੜੀ ਮੈਂ ਦਿੱਤੀ ਔਰ ਬਾਪ ਬਣ ਕੇ ਵਖਾਇਆ ਔਰ ਯਕੀਨ ਕਰੋ ਮੈਨੂੰ ਨਾ ਤੋਂ ਸਿਆਸਤ ਦਾ ਲਾਲਚ ਵੀ ਨਹੀਂ ਜੋ ਬਣਾਣਗੇ ਜੋ ਆਖਣਗੇ ਉਹੀ ਕਰਾਂਗੀ ਮੈਂ ਹਰ ਇੰਟਰਵਿਊ ਚ ਆਨੀਆ ਕਿ ਮੈਨ ਕੋਈ ਸੀਟ ਦਾ ਲਾਲਚ ਨਹੀਂ ਮੈਨ ਪਿਆਰ ਦੀ ਮੈਂ ਭੁੱਖੀ ਸਾਂ ਉਹਨਾਂ ਮੈਨ ਬਹੁਤ ਪਿਆਰ ਦਿੱਤਾ ਹੈ ਔਰ ਮੈਂ ਜਿਵੇਂ ਉਹ ਆਖਣਗੇ ਨਾ ਮੈਂ ਉਹ ਕਰਾਂਗੀ ਰਹਿ ਗਈ ਤੁਸੀਂ ਅੰਦਰ ਆਪਣਿਆਂ ਨੂੰ ਛੱਡਿਆ ਮੈਂ ਨਹੀਂ ਆਪਣਿਆਂ ਛੱਡਿਆ ਆਪਣਿਆਂ ਮੈਨ ਛੱਡਿਆ ਇਸ ਹੱਸਤੇ ਮੈਂ ਉਹਦੇ ਕੀਤਾ ਕਿ ਤਰੀਜਾ ਕਰੇ ਕਿ ਸ਼ਾਇਦ ਉਹਨਾਂ ਨੂੰ ਮੇਰੇ ਤੇ ਤਰਸ ਆ ਜਾਏ ਤੇ ਉਹ ਸ਼ਾਇਦ ਜਿਹੜਾ ਹੈ ਨਾ ਉਹ ਮੈਂ ਬੜੇ ਹੀ ਅੱਛਾ ਪਹਿ ਗਿਆ ਕਿ ਮੈਂ ਫੈਸਲਾ ਕੀਤਾ ਕਿ ਮੈਂ ਅੰਕਲ ਜੀ ਕੋ ਜਾਂਗੀ ਔਰ ਮੈਂ ਉਹਨਾਂ ਨੂੰ ਮਦਦ ਆਸਤੇ ਆਖਾਂਗੀ ਉਹਨਾਂ ਮਦਦ ਤੇ ਛੱਡ ਕੇ ਮੇਰੇ ਤੇ ਮਤਲਬ ਬਰਸਾਤ ਕਰ ਦਿੱਤੀ ਆਪਣੀ ਸ਼ਫਕਤ ਦੀ ਇਹ ਦੁਆਵਾਂ ਤੇ ਉਹਨਾਂ ਦੇ ਨਸੀਬ ਵਿੱਚ ਸਣ ਜਿਹੜੀਆਂ ਮੇਰੇ ਕੋਲ ਲੈਂਦੇ ਪੈ ਨਾ ਲੈਂਦੇ ਰਹਿਣਗੇ ਇਨਸ਼ਾਅੱਲਾ अच्छा दूसरे पहले ऐलान ਕੀਤਾ ਇੱਕੇ شروع شروع ਵਿੱਚ تحصیل ناظم ਦੇ ਉਮੀਦਵਾਰਾਂ ਹੁਣ ਤੁਸੀਂ ਪੀਪੀ 69 ਐਮਪੀ ਦਾ ਐਲਾਨ ਕੀਤਾ ਇਹਦਾ ਕੀ مقصد ਹੈ ਜਿਸ ਵਕਤ ਤੁਸੀਂ ਕਿਸੇ ਨੂੰ ਬਾਪ ਦਾ ਦਰਜਾ ਦੇਂਦੇ ਜਿਸ ਵਕਤ ਉਹਨ ਬੇਟੀ ਬਣਾ ਲੈਂਦੇ ਨੇ ਤੇ ਕੀ ਤੁਸੀਂ ਉਹਨਾਂਸੇ ਕੋਈ ਕੁਰਬਾਨੀ ਨਹੀਂ ਦਿੰਦੇ ਫਿਰ ਮੈਂ ਮੇਰੀ ਫਿਤਰਤ ਇੰਜ ਦੀਏ ਕਿ ਮੈਂ ਤੇ ਫਿਰ ਸਾਰਾ ਕੁਝ ਕੁਰਬਾਨ ਦੇ ਦੇਨੀਆ ਕਿ ਪਿਆਰ ਕਿਹਸੀ ਚੀਜ਼ ਏ ਔਰ ਬਾਪ ਦਾ ਸਾਇਆ ਕਿਹਸੀ ਚੀਜ਼ ਏ ਜਿਹੜੀ ਬੜੀ ਮੁਸ਼ਕਿਲ ਲੱਗਦੇ ਸੀਟਾਂ ਤੇ ਲੱਭ ਜਾਂਦੀਆਂ ਬਾਪ ਨਹੀਂ ਲੱਭਦੇ ਨਾ ਸਬਾਪ ਦੀ ਮਹਿਰੂਮੀ ਵੇਖੀ ਤੇਸੀਲ ਨਾਜ਼ਮੀ ਦਾ ਜਿਹੜਾ ਐਲਾਨ ਕੀਤਾ ਸੀ ਉਸ ਵਕਤ ਅੰਕਲ ਨਾਲ ਮੇਰਾ ਅਲਾਈਂਸ ਨਹੀਂ ਸੀ ਠੀਕ ਹੈ ਅੰਕਲ ਜਾਨੀ ਕਿ ਮੈਂ ਦੇਸਨ ਪਟਨਾ ਅੰਕਲ ਮੈਂ ਦੀਸਨ ਪਟਨਾ ਅਲਾਈਂਸ ਨਹੀਂ ਸੀ ਜਿਸ ਵਕਤ ਉਹਨਾਂ ਬੇਟੀ ਮੈਂ ਆਖਿਆ ਤੇ ਉਸ ਤੋਂ ਬਾਅਦ ਮੇਰਾ ਨਹੀਂ ਖਿਆਲ ਕਿ ਮੇਰਾ ਇੱਕ ਕੋਈ ਬਣਦਾ ਸੀ ਕਿ ਮੈਂ ਆਖਾਂ ਕਿ ਜੀ ਇੱਕ ਪਾਸੇ ਤੀਖ ਖਲੋ ਜਾ ਇੱਕ ਪਾਸੇ ਪਤਰੀਆ ਸਕੰਦਰ ਨਵਾਜ਼ ਖਲੋ ਜਾ ਉਹ ਬਾਪਾਸ ਤੇ ਆਸਾਨੀਆਂ ਕਰਨ ਵਾਸਤੇ ਮੈਂ ਉਹਦੀ ਚੋੜੀ ਐ ਸਾਰੀ ਸਿਆਸਤ ਪਾਛੜੀ ਮੈਂ ਕਿਹਾ ਜੀ ਮੈਂ ਚਾਹੀਦੀ ਨਹੀਂ ਮੈਂ ਲੋੜੀ ਨਹੀਂ ਤੇ ਪੀਪੀ 69 ਰਹਿ ਗਿਆ ਮੈਂ ਕਿਹਾ ਇਹਦਾ ਸੋਚ ਲਵੋ ਜੋ ਤੁਸੀਂ ਕਰਦੇ ਮੈਂ ਤੇਂਦੀ ਵੀ ਨਹੀਂ ਲੋੜ ਹੈਗੀ ਤੋ ਨਾਖੇ ਨਹੀਂ ਇਹ ਉਹਨਾਂ ਦੀ ਖੁਆਇਸ਼ ਹੈ ਕਿ ਮੈਂ ਅਸੈਂਬਲੀ ਜਾਵਾਂ ਮੇਰੀ ਤੇ ਕੋਈ ਖੁਆਇਸ਼ ਹੀ ਨਹੀਂ ਰਹੇਗੀ ਜਿਨਾਂ ਨੂੰ ਨਾ ਪਿਆਰ ਦੇ ਚੜੇ ਅੱਛਾ ਹੁਣ ਤੁਸੀਂ ਸਿਆਸਤ ਵਿੱਚ ਆ ਗਏ ਹੋ ਐਮ ਐਨ ਐ ਗਰੁੱਪ ਅਲੱਦਾ ਹੈ ਤੇ ਐਮ ਪੀ ਐ ਗਰੁੱਪ ਅਲੱਦਾ ਹੈ ਅਗਰ ਅੱਗੇ ਬਲਦਿਆਤੀ ਇਲੈਕਸ਼ਨ ਵੀ ਆ ਰਹੇ ਨੇ ਔਰ ਬਲਦਿਆਤੀ ਇਲੈਕਸ਼ਨ ਦੇ ਵਿੱਚ ਦੋਨੋਂ ਹੀ ਇੱਕ ਪਾਰਟੀ ਦੇ ਉਮੀਦਵਾਰ ਨੇ ਲੇਕਿਨ ਆਪਸ ਵਿੱਚ ਨੰਦੇ ਇਖਤਲਾਫਾਤ ਨੇ ਨੰਦੀ ਨਹੀਂ ਜਾਨੀ ਕਿ ਬਨਦੀ ਤੇ ਕੀ ਇਹ ਉਮੀਦਵਾਰ ਆਪਣੇ ਅਲੱਦਾ ਅਲੱਦਾ ਖਲਾਰਨ ਦੇ ਜਾਂ ਮਤਫਿਕਾ ਤਾਦ ਕਰਨ ਦੇ ਜਾਂ ਫਿਰ ਇੱਕ ਗਰੁੱਪ ਆਜ਼ਾਦ ਖਲਾਰੇ ਦਾ ਜਾਂ ਪਾਰਟੀ ਦੀ ਤਰਫੋਂ मेरे बड़े ने अंकल मैदानी मैं बार बार फैसला करना यह पार्टी फैसला करना ये मैं नहीं फैसला करना कि आया उन्हें वखरा खिलना आया उन्हें आजाद खिलारना जिमें अंकल मैदी आख्या मेरा तो नाइनटी नाइन पॉइंट नाइन परसेंट ये पता है कि पार्टी जिमें अंकल मैं असन आखना है पार्टी उंज करना है तो छोटिया का कम है कि उन्हों की इज्जत कर समझ आई तो मैं कि इशारा भी करनी ना कि उन्होंने इतने फजूल अलफाज इस्तेमाल करो कभी कर याद करो कि यूसी लैवल तो, तो चुकया ठीक है ना चीज़ा भुलनिया नहीं चाहिए और ये फैसले अंकल करते हैं यह मैं नहीं करना कि किस खिलारना है किस नहीं खिलारना जो का फैसला होना है मेरी तो उत सर आना है मैं कोई उन्होंने मुसलत नहीं शाय करनी क्योंकि मैं बेटी हाँ ਔਰ ਬੇਟੀਆਂ ਬਾਪ ਤੇ ਮੁਸੱਲਤ ਨਹੀਂ ਕਰਦੀਆਂ ਅੱਛਾ ਐਮਪੀਏ ਗਰੁੱਪ ਅੱਜ ਕੱਲ ਬੜੇ ਤਰਕਿਆਤੀ ਕੰਮ ਬੜੇ ਇਫਤਤਾ ਬੜੀਆਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਨੇ ਕੀ ਐਮਐਨਏ ਸਾਹਿਬ ਵੀ ਗਰੁੱਪ ਕਿਹੜਾ ਉਹ ਵੀ ਇਸੇ ਤਰੀਕ ਕੰਮ ਕਰ ਰਹੇ ਨੇ ਜੀ ਹਾਂ ਬਿਲਕੁਲ ਸ਼ੌਕਤ ਐਵੇਂ ਕੰਮ ਪਿਆ ਕਰਦਾ ਹੈ ਤਰਕਿਆਤੀ ਕੰਮ ਪਿਆ ਕਰਦਾ ਹੈ ਬੜੀ ਯੂਨੀਵਰਸਿਟੀਆਂ ਤੁਹਾਡੇ ਹਸਪੀਟਲਸ ਤੁਹਾਡੇ ਬੇਤਲ ਮਾਲ ਦੇ ਹਰ ਇਤਵਾਰ ਨੂੰ ਉਹ ਇੱਥੇ ਆਉਂਦੇ ਨੇ ਇਕ ਇਤਵਾਰ ਚੜ੍ਹ ਕੇ ਨਾ ਫਿਰ 15 ਦਿਨ ਦਾ ਗੈਪ ਹੋ ਜਾਂਦਾ ਬੈਤੁਲਮਾਲ ਦੇ ਕਾਰਡ ਜਸਾਂ ਤਕਸੀਮ ਕੀਤੇ ਨੇ ਅਸਾਂ ਫੰਡਸ ਤਕਸੀਮ ਕੀਤੇ ਨੇ ਔਰ ਅੰਕਲ ਤੇ ਉਹ ਬੰਦਾ ਨੇ ਅੰਕਲ ਮਹਿਦੀ हसन ਕੀ ਆਪਣੀ ਪਾਕਟ ਟਿਚੋਂ ਵੀ ਮੇਰੀ والدہ ਕਰਨਗਰ ਮੈਂ ਕਿਸਨ ਵੇਖਿਆ ਇਹ ਨਾ ਸਖਾਵਤ ਤੋਂ ਅੰਕਲ ਮਹਿਦੀ हसन ਨੇ ਫਿਰ ਅਸੀਂ ਇਹ تھے ਆਮ ਰਾਸ਼ਨ ਦੀ ਗੱਡੀ ਵੀ ਮਗਾਣੇ ਤਾਂ ਕਿ ਲੋਕਾਂ ਨੂੰ ਰਿਲੀਫ ਮਿਲੇ ਫਿਰ ਸ਼ਾਦੀ ਦੇ ਫੰਡਸ ਵੀ ਨੇ ਸ਼ਾਦੀ ਫੰਡ ਕਾਰਡ ਸਿਰ ਦੇ ਨੇ ਉਹਨਾਂ ਦੇ ਜਹੇਜ਼ਾ ਵੀ ਅਸਾਂ ਹੈਲਪ ਕੀਤੀ ਹੈ ਹੋਰ ਕਿਹੜੇ ਕੰਮ ਹੁੰਦੇ ਨੇ ਦੱਸੋ ਮੈਨ ਕਿ ਯੂਟਿਲਿਟੀ ਦਾ ਵੀ ਅਸੀਂ ਉਹਨਾਂ ਨੂੰ ਰਿਲੀਫ ਪੇ ਦੇਣੇ ਆ ਕਿ ਰਾਸ਼ਨ ਆ ਕੇ 50% ਡਿਸਕਾਊਂਟ ਲੈ ਲੋ ਹਾਲਾਂਕਿ 30% ਡਿਸਕਾਊਂਟ ਹੈ ਬਾਕੀ ਅੰਕਲ ਆਪਣੀ ਪਾਕਟ ਹੀ ਚੋ ਦੇਂਦੇ ਨੇ ਫਿਰ ਜਿਤਨੇ ਵੀ ਬਿਮਾਰ ਇੱਥੇ ਆਏ ਨੇ ਮੈਂ ਇਸ ਵਕਤ ਨਾ ਉਹ ਮੂੰਹ ਤੇ ਨੇ ਅੱਲਾ ਨੂੰ ਜਾਨ ਦੇਣੀ ਹੈ ਹਰ ਥਾਂ ਤੇ ਹਰ ਹਸਪੀਟਲ ਵਿੱਚ ਹਾਰਟ ਦੀਆਂ ਸਰਜਰੀਜ਼ ਹਾਰਟ ਦੇ ਸਟੰਟਸ ਅੱਖਾਂ ਦੇ ਆਪਰੇਸ਼ਨਸ ਗੁਰਦਿਆਂ ਦੇ ਡਾਇਲਿਸਿਸ ਹਰ ਚੀਜ਼ ਉਹ ਆਪਣੇ ਵੱਲੋਂ ਫ੍ਰੀ ਵੀ ਕਰਾਂਦੇ ਪੈਨਰ ਜਿਹੜੇ ਹਕੂਮਤ ਵੱਲੋਂ ਉਹਨਾਂ ਨੂੰ ਲੱਭਾਏ ਬੈਨੀਫਿਟ ਉਹ ਵੀ استعمال ਪੈ ਕਰਦੇ ਨੇ ਕਿਸੇ ਚੀਜ਼ ਚ ਨਾ ਕਮੀ ਨਹੀਂ ਛੱਡੀ ਨੌਕਰੀਆਂ ਵੀ ਉਹ ਪਹਿਲ ਵੰਦੇ ਨੇ ਤਰੱਕਿਆਤੀ ਕੰਮ ਕਿਹੜੇ ਨੇ ਚੜਿਓ ਨਹੀਂ ਪੈ ਕਰਾਂਦੇ ਸੜਕਾਂ ਪਾਈਪਾਂ ਕੋਲੋ ਦੇ ਵਿੱਚ ਰਾਤਾਂ ਨੂੰ ਕੰਮ ਹੁੰਦੇ ਪੈ ਹੁੰਦੇ ਮੀਟਰ ਗੈਸ ਜਦੋਂ ਤੱਕਾਉਂਦੀ ਪੈਸੀ ਗੈਸ ਦੇ ਵੀ ਹੁਣ ਤੇ ਹਕੂਮਤ ਵੱਲੋਂ ਬੰਦ ਹੋਈ ਨਾ ਗੈਸ ਤੇ ਵੇਖੋ ਅੱਲਾ ਖੈਰ ਕਰੇ ਕਿ ਉਹ ਵੀ ਹੁਣ ਖੁੱਲੇ ਤੇ ਮਜ਼ੀਦ ਅਸੀਂ ਦਈਏ ਗੈਸ ਇਤਨੀ ਥਾਵਾਂ ਤੇ ਉਹਨਾਂ ਲਵਾ ਕੇ ਦਿੱਤੀ ਏ ਗੈਸ ਸੇਨੀਆਂ ਥਾਵਾਂ ਤੇ ਉਹਨਾਂ ਲਵਾ ਕੇ ਦਿੱਤੀ ਏ ਔਰ ਲੋਕ ਇਸ ਚੀਜ਼ ਤੋਂ ਬੜੇ ਖੁਸ਼ ਵੀ ਨੇ ਔਰ ਦੁਆਵਾਂ ਵੀ ਉਹਨਾਂ ਦਿੰਦੇ ਨੇ ਔਰ ਦੁਆਵਾਂ ਲੈਂਦੇ ਨੇ ਵੇਖੋ ਨਾ ਇਹ ਡੇਰਾ ਤੇ ਬੜਾ ਸੁੰਜਾ ਸੀ ਇੱਥੇ ਤੇ ਮੇਰੇ ਵਾਲਿਦ ਸਾਹਿਬ ਦੀ ਵਫਾਤ ਹੋਈ 1978 ਠੀਕ ਹੈ ਵਾਲਦਾ ਦੀ ਵਫਾਤ ਹੋਈ 2018 ਇਚ ਬਿਲਾਲ ਸਿਕੰਦਰ ਦੀ ਵਫਾਤ ਹੋਈ 2003 ਇਚ ਮੇਰੇ ਬਤਰੀਏ ਦੀ ਵਫਾਤ ਹੋਈ 2007 ਤੇਜ ਤੇ ਮੋਤਾ ਹੀ ਮੋਤਾ ਮੋਤਾ ਹੀ ਮੋਤਾ ਵੇਖ ਵੇਖ ਕੇ ਮੈਂ ਕੱਲੀ ਰਹਗੀ ਜਿਸ ਵਕਤ ਤੇ ਡੇਰਾ ਜਿੰਨਾ ਵੀ ਮੈਂ ਖੋਲਦੀ ਮੈਂ ਜਦ ਤੱਕ ਸਪੋਰਟ ਨਹੀਂ ਸੀ ਆਉਣੀ ਇੰਝ ਕੰਮ ਨਹੀਂ ਸਣ ਹੋਣੇ ਜਿਵੇਂ ਅੰਕਲ ਦੇ ਆਉਣ ਨਾਲ ਕੰਮ ਹੁੰਦੇ ਪੈ ਨੇ ਜਦੋਂ ਅੰਕਲ ਨਹੀਂ ਆਉਂਦੇ ਉਦੋਂ ਐਮ ਐਨ ਆਪ ਆ ਜਾਂਦਾ ਤੇ ਉਹ ਮੇਰਾ ਵੀਰ ਬਹੁਤ ਕੰਮ ਕਰਦਾ ਪਿਆ ਸ਼ਾਇਦ ਤਾਂ ਨਾ ਪਤਾ ਵੀ ਮੈਂ ਦੱਸ ਚੜਨੀ ਹੈ ਨਾ ਇਹ ਸਾਰੇ ਕੰਮ ਉਹ ਕਰਾਂਦਾ ਪਿਆ ਹੈ ਹਸਪੀਟਲਸ ਦੇ ਜਿਹੜੇ ਮੈਂ ਆਪਣੇ ਲੈਟਰ ਪੈਡ ਤੇ ਲੋਕਾਂ ਲਿਖ ਕੇ ਦੇਣੀ ਉਹਨਾਂ ਦੇ ਕੰਮ ਹੁੰਦੇ ਨੇ ਉਹਨਾਂ ਨੂੰ ਫ੍ਰੀ ਮੈਡੀਸਿਨ ਲੱਭਦੀ ਹੈ ਉਹਨਾਂ ਦੇ ਫ੍ਰੀ ਡਾਇਲਿਸਿਸ ਹੁੰਦੇ ਨੇ ਉਹਨਾਂ ਦੇ ਫ੍ਰੀ ਆਪਰੇਸ਼ਨਸ ਹੁੰਦੇ ਨੇ ਤੇ ਫਿਰ ਜਿਨ੍ਹਾਂ ਦਾ ਮੈਂ ਹਲੀ ਤੱਕ ਯਾਦ ਦੇ ਕੇ ਮੁੰਡਾ ਆਇਆ ਤੇ ਮੈਨਾਂ ਕਿਹਾ ਕਿ ਹੁਣ ਥੱਕ ਗਏ ਨੇ ਤੇ ਬਸ ਕਰ ਦਿਓ ਉਹਨਾਂ ਮੈਨਾਂ ਆਖਿਆ ਕਿ ਨਹੀਂ 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 ਬੇਟੀ ਇਸ ਜਿਹੜੇ ਤੋਂ ਜਿਹੜਾ ਆਵੇਗਾ वो कोई ना कोई फायदा लेके जाएगा वरना फिर उन बुला के पास तो करके पूछा कि हाँ बच्चे तेरा की काम उस तो आखिया जी मेरे गुरद का मैं अफोर्ड नहीं करता तो मेरी डायलिसिस उन्हें आखिर कल सुबह ही अपड़ जाओ सरकारी अस्पताल मेरा फोन तुर जाएगा उस वक्त उन्हें खिलो के अपने पीएन बुलाया पैड तो अपना साइन किया बेटी काम जरूर कर और फिर उन्हें मैन ये आख दिता है कि अगर मैं ना होव या मैं ना आ सक किसी मजबूरी के थे बिना तो थे, तुसा मेरी थानी बहना है और किसी बीमार खाली नहीं करना मतलब बीमारी जड़ी है ना उनका इलाज कराना एक सदकै जारिया भी है और बहुत व्डा सवाब है क्योंकि लोगों को पॉकेट इन्ना नहीं आता कि लखा दे लख ला और अंकल कराते हैं अलहमदुल्ला बिल्कुल उमें जमें मेरी वालदा करते सर अलहमदुल्ला अच्छा, माशा आइडिया ठीक है ਤੇ ਕਦੇ ਕਦੇ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਨੇ ਤੁਸੀਂ ਯਾਨੀ ਕਿ ਚੈੱਕ ਤਕਸੀਮ ਕਰਦੇ ਬੇਵਾ ਔਰਤਾਂ ਵਿੱਚ ਵੀ ਤੇ ਗਰੀਬ ਔਰ ਮੁਸਤਹਿਕ ਵਿੱਚ ਉਹ ਚੈੱਕ ਤੁਸੀਂ ਆਪਣੀ ਜੇਬ ਵਿੱਚੋਂ ਕਰਦੇ ਹੋ ਜਾਂ ਇਸ ਗਵਰਨਮੈਂਟ ਦੀ ਤਰਫੋਂ ਜਾਂ ਕਿਧਰੋਂ ਪਹਿਲੋਂ ਤੇ ਮੈਂ ਕੈਸ਼ ਦਿੰਦੀ ਰਹੀ ਹਾਂ ਲੋਕਾਂ ਨੂੰ ਆਪਣੀ ਪਾਕਟ ਵਿੱਚੋਂ ਔਰ ਅੰਕਲ ਵੀ ਦਿੰਦੇ ਰਹੇ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਇਹਦੇ ਵਿੱਚ ਕੋਈ ਗਲਤਫਹਿਮੀ ਦਾ ਕੋਈ ਸ਼ਿਕਾਰ ਨਾ ਰਹੇ ਉਹਨਾਂ ਆਪਣੀ ਜੇਬ ਵਿਚੋਂ ਵੀ ਦਿੱਤੇ ਨੇ ਫਿਰ ਹਕੂਮਤ ਦੇ ਫੰਡ ਆਏ ਜਿਹੜੇ ਸਾਨ ਆਈਡੀ ਕਾਰਡਸ ਦੇ ਕੇ ਜਾਂਦੇ ਨੇ ਉਹ ਫਿਰ ਜਮ੍ਹਾਂ ਕਰਾਈਦੇ ਨੇ ਤਾਂ ਪਤਾ ਉਹ اسلامਬਾਦ ਉਹ ਨੰਬਰ ਪ੍ਰੋਸੀਜਰ ਇ ਉਥੋਂ ਅਪਰੂਵ ਅਸਾਸ ਪ੍ਰੋਗਰਾਮ ਦੇ ਤਹਿਤ ਉਥੋਂ ਅਪਰੂਵ ਹੁੰਦੇ ਨੇ ਕਈਆਂ ਨੇ ਅਸਾਂ ਵਜ਼ੀਫੇ ਲਵਾ ਕੇ ਦਿੱਤੇ ਨੇ ਕਈਆਂ ਨੂੰ ਚੈੱਕ ਤਕਸੀਮ ਕੀਤੇ ਨੇ ਕਈਆਂ ਨੂੰ ਕੈਸ਼ ਕੀਤੇ ਨੇ ਕੁਝ ਆਪਣੇ ਕੋਲੋਂ ਨੇ ਕੁਝ ਹਕੂਮਤ ਵੱਲੋਂ ਨੇ ਕਿਉਂਕਿ ਇਹ ਚੀਜ਼ ਵੇਖੋ ਅਸੀਂ ਦਿਆਂਗੇ ਲੋਕਾਂ ਨੂੰ ਲੋਕਾਂ ਨੂੰ ਕੋਈ ਫਾਇਦਾ ਹੀ ਹੋਵੇਗਾ ਨਾ ਨੁਕਸਾਨ ਤੇ ਨਹੀਂ ਹੋਵੇਗਾ ਔਰੇ ਚੀਜ਼ ਸ਼ੌਕਤ ਇਥੇ ਖਲੋ ਕਿ ਆ ਕਿਸੇ ਕੀ ਅਸੀਂ ਕਿਸੇ ਵੋਟਾਸਤੇ ਨਹੀਂ ਬਿਕਰਦੇ ਵੋਟ ਸਿੱਧਾ ਸਵਾਰਾ ਬੇਦੀ ਬੀਬੀ ਦਾ ਕੋਰਡ ਹੋਇਆ ਜੀ ਜੀ ਔਰ ਕੋਰਡ ਉਹ ਜਿਹੜੇ ਨਾਰਲ ਪਿੰਡ ਨੇ ਮੇਰੇ ਵਾਲਿਦ ਸਾਹਿਬ ਦੇ ਜੀ ਆਪਣਾ ਸੈਦ ਦਾ ਕੋਰਟ ਹੋ ਗਿਆ ਨਿੱਕੀ ਬੱਲੋ ਵੱਡੀ ਬੱਲੋ ਚੀਨੇ ਜਲਸਾ ਹੈ ਬੜਾ ਕਮਾਲ ਦਾ ਅੰਕਲ ਦਾ ਜਲਸਾ ਹੈ ਬੜਾ ਖੂਬਸੂਰਤ ਇਸਤਕਬਾਲ ਹੋਇਆ ਇਹ ਤੇ ਮੇਰੇ ਆਪਣੇ ਮਤਲਕ ਆਲਾ ਹੋ ਗਿਆ ਮੇਰੇ ਅਗਰ ਦਤਕੈਂ ਦਾ ਪਿੰਡ ਦੇ ਵਿੱਚ ਮੇਰੇ ਬਾਪ ਦਾ ਵੀ ਉਹ ਨਹੀਂ ਪਿੰਡ ਹੈ ਨਾ ਤੇ ਇੱਥੇ ਤੇ ਵੋਟਾਂ ਦੀ ਫਿਕਰ ਮੈਨ ਹੈ ਕੋਈ ਨਾ ਤੇ ਬਾਕੀ ਜਿਹੜਾ 69 ਦਾਲ ਕੇ ਉਹਦੇ ਵਿੱਚ ਮੈਂ ਆਪਣਾ ਕੰਮ ਵੀ ਕਰਦੀਆਂ ਤੇ ਆਪਣੀ ਪਰਫਾਰਮੈਂਸ ਵੀ ਕਰਦੀਆਂ ਹੋਰ ਉਹਦਾ ਵੋਟ ਮੈਨ ਲੱਭਣੇ ਪਹਿਲਾ ਵੋਟ ਤੇ ਹੈ ਹੀ ਮੇਰੀ ਮਾਂ ਦਾ ਤੇ ਉਹ ਤੇ ਇਨਸ਼ਾ ਅੱਲਾਹ ਤਾਲਾ ਅੱਲਾਹ ਦੇ ਹੁਕਮ ਨਾਲ ਮੈਂ ਜਿੱਤਣਾ ਹੈ ਅੱਲਾਹ ਦੇ ਫਜ਼ਲੋ ਕਰਮ ਦਿਨਰ ਅਗਰ ਮੇਰੇ ਅੰਕਲ ਮੇਰੇ ਵਾਸਤੇ ਇਹ ਚਨਾਉ ਕੀਤਾ ਤੇ ਜ਼ਰੂਰ ਇਨਸ਼ਾ ਅੱਲਾਹ ਆਪਣੀ ਸਿਰ ਦੀ ਬਾਜ਼ੀ ਲਾਣੀ ਜਿੱਤਣ ਵਾਸਤੇ ਜੀ ਹੁਣ ਇਸ ਤੋਂ ਅੱਗੇ ਐਮਐਨਏ ਗਰੁੱਪ ਜਿਲੇ ਹਫਜ਼ਾਬਾਦ ਦੇ ਵਾਸਤੇ ਕੀ ਕੋਈ ਤਰਕਿਆਤੀ ਕੰਮ ਲੈ ਕੇ ਆ ਰਹੇ ਨੇ ਬਾਈਪਾਸ ਦਾ ਜਿਹੜਾ ਉਹ ਕਰਾਉਂਦੇ ਪੈਨੇ ਉਹ 3 ਕਰੋੜ ਬੜੀ ਇੱਕ ਰਕਮ ਹੈ ਨਹੀਂ ਬਾਈਪਾਸ ਕਿ ਰਕ ਕਰਵਾਉਂਦਾ ਪੈਨੇ ਉਹ ਇੱਕ ਤੇ ਹਾਲ ਵਿੱਚ ਹੀ ਹੋਇਆ ਤੇ ਰਸੂਲਪੁਰ ਤਾਰਰ ਦਾ ਇਹ ਹਫਜ਼ਾਬਾਦ ਦਾ ਹਫਜ਼ਾਬਾਦ ਦਾ ਹਫਸਬਾਦ ਦਾ ਜਿਹੜਾ ਬਾਈਪਾਸ ਹੈ ਉਹਦੇ ਤੇ 30 ਕਰੋੜ ਲੱਗਣੇ ਨੇ ਫਿਰ ਉਸ ਤੋਂ ਬਾਅਦ ਵਨ ਵੇ ਰੋਡ ਜਿਹੜਾ ਗੁਜਰਾਂ ਵਾਲੇ ਵੇ ਕਾਪਿਟ ਰੋਡ ਉਹਦੇ ਤੇ 7 ਅਰਬ ਰੁਪਿਆ ਲੱਗਦਾ ਪਿਆ ਹੈ ਫਿਰ ਹਾਫਜ਼ਾਬਾਦ ਜਿਹੜਾ ਹਸਪਤਾਲ ਹੈ ਫਿਰ ਉਸ ਤੋਂ ਬਾਅਦ ਹਾਫਜ਼ਾਬਾਦ ਦੀ ਯੂਨੀਵਰਸਿਟੀ ਉਹ ਪੈਸਿਆਂ ਤੋਂ ਬਗੈਰ ਹੀ ਹੋ ਜਾਂਦੀ ਨਹੀਂ ਪੈਸੇ ਅਰਬਾਂ ਪੈ ਲੱਗਦੇ ਨੇ ਉਹਦੇ ਉੱਤੇ ਤੇ ਕੀ ਉਹਦੇ ਤੇ ਕਿਸੇ ਦੀ ਨਜ਼ਰ ਨਹੀਂ ਸਾਰੇ ਜ਼ਿਲ੍ਹੇ ਨੂੰ ਪਤਾ ਹੈ ਅਲਹਮਦੁਲਿਲਾ ਤੇ ਇੱਕ ਅੱਜ ਕੱਲ ਹੋਰ ਸੋਸ਼ਲ ਮੀਡੀਆ ਦਾ ਚੱਲ ਰਿਹਾ ਬੇਕਰ ਦਰਿਆ ਚਨਾਬ ਤੇ ਬਾਸੀਆਂ ਨੂੰ ਮਸਲਾ ਬੰਦਾ ਸਲਾਬ ਦੇ ਦੌਰਾਨ ਉਹਦੇ ਤੇ ਵੀ ਕੀ ਕੰਮ ਜਾਰੀ ਹੋ ਰਿਹਾ ਹੈ ਅੱਜ ਸ਼ੌਕਤ ਦਾ ਇਫਤਤਾਹ ਹੈ ਉਥੇ ਔਰ ਇਨਸ਼ਾਅੱਲਾ ਤਾਲਾ ਕੰਮ ਤੇ ਉਹ ਇੰਜ ਪੇ ਕਰਦੇ ਨੇ ਅੱਲਾ ਉਹਨਾਂ ਨੂੰ ਇਸ ਚੀਜ਼ ਚ ਕਾਮਯਾਬ ਕਰੇ ਔਰ ਤਰੱਕੀ ਦੇਵੇ ਨਾ ਸ਼ੌਕਤ ਕੰਮ ਦਾ ਪੜਾ ਹੈ ਔਰ ਨਾ ਅੰਕਲ ਜੀ ਕੰਮ ਤੇ ਪੜੇ ਨੋ ਆਂਦੇ ਨੇ ਬੇਟੀ ਰਾਤ ਦੇ 2 ਵਜੇ ਵੀ ਕੰਮ ਕਰਨਾ ਪਵੇ ਕੰਮ ਤੋਂ ਸੌੜਿਆ ਨਹੀਂ ਪੈਣਾ ਔਰ ਇਹ ਜਿਹੜੀ ਮੇਰੇ ਅੰਦਰ એનર્ਜੀ ਹੈ ਜਾਂ ਜਿਹੜੀ ਮੇਰੇ ਅੰਦਰ ਹਿੰਮਤ ਹੈ अल्लाह तो बाद उना ही मैंने दिखती और उन्हें ही मैंने सिखाई कि बेटा सबर तहमल दे सब दे काम सुनने ने और करते ने कुछ वालदा तो मैं लभ्या ही सी ना विरसे लेकिन बाकी उन पॉलिश करे अंकल, ताला अंकल मैं दसन पट्टी ने इन अंकल तंकलू अला कामयाबियां दे शौकत को अला कामयाबियां दे मैं उन्होंने पिछे हाँ जो ना आखना है मैं वह करना ਤੁਸੀਂ ਸਾਸਤ ਚਾ ਕੇ ਪੀਪੀ 69 ਦਾ ਐਲਾਨ ਕੀਤਾ ਲੇਕਿਨ ਜ਼ਿਆਦਾਤਰ ਤੁਸੀਂ ਆਪਣਾ ਜਿਹੜਾ ਏਰੀਆ ਜਾਂ ਇਲਾਕਾ ਉਹ ਵਨੀ ਕਤਾਰੜ ਕੋਲੋ ਤਾਰੜ ਤੇ ਇਹਦੇ ਲਈ ਏਰੀਆ ਕਿਦਰੀ ਜਲਾਲਪੁਰ ਬਟੀਆਂ ਚੌਧਰੀ ਸਾਈਡ ਕਾਲੇ ਕੀ ਮੰਡੀ ਵੀ ਏਰੀਆ ਉਹ ਨਹੀਂ ਤੁਸੀਂ ਹਾਲੇ ਤੱਕ ਵਿਜ਼ਿਟ ਕੀਤਾ ਤਾਂ ਫਿਰ ਸ਼ਾਇਦ ਪਤਾ ਹੀ ਨਹੀਂ ਮੈਂ ਤੇ ਦੋ ਸਾਲ ਮੈਨੂੰ ਪਤਾ ਹੈ ਪਿਛਲੇ ਦਫਾ ਤੁਸੀਂ ਨਾਰੋਵਾਲ ਰਾਤ ਨੂੰ ਜੱਜਲ ਸਵਤ ਤੇ ਮੈਂ ਗਿਆ ਸੀ ਬਗਾਨਾ ਮੈਂ ਖੰਜਰ ਬੰਜਰ ਅਲ ਵੀ ਗਈ ਆ ਮੈਂ ਜੁਰੀਆਂ ਅਲ ਵੀ ਗਈ ਆ ਮੈਂ ਛੋਟੀ ਬਾਗ ਵੱਡੀ ਬਾਗ ਵੀ ਗਈ ਆ ਮੈਂ ਬਹੁਤ ਸਾਰੇ ਕਾਲੇ ਕਾਲੇ ਕੀ ਮੰਡੀ ਕਿਉਂ ਨਹੀਂ ਮੈਂ ਜਾਣਦੀ ਕਾਲੇ ਕੀ ਮੰਡੀ ਤੋਂ ਇਸ ਕਾਲੇ ਕੀ ਮੰਡੀ ਤਾਂ ਉਹਨਾਂ ਦਾ ਘਰ ਹੈ ਨਾ ਕਾਲੇ ਕੀ ਮੰਡੀ ਅੰਕਲ ਦਾ ਘਰ ਹੈ ਜੀ ਉਥੋਂ ਅਗਰ ਮੈਂ ਵੋਟ ਦੀ ਲੋੜ ਪਈ ਤਾਂ ਮੇਰੇ ਅੰਕਲ ਪਾਉਣੇ ਨੇ ਔਰ ਇਨਸ਼ਾਅੱਲਾ ਤਾਲਾ ਪਾਉਣਗੇ ਤੇ ਬਾਕੀ ਰਹਿ ਗਏ ਤੁਸੀਂ ਦੂਜੇ ਇਲਾਕਿਆਂ ਦੀ ਗੱਲ ਪੇ ਕਰਦੇ ਹੋ ਕਿੱਥੇ ਅਸੀਂ ਨਹੀਂ ਗਏ ਅਸੀਂ ਤੇ ਮਮਣਾ ਵੀ ਗਏ ਆ ਅਸੀਂ ਤੇ ਸੁਈਆਂ ਵਾਲੇ ਵੀ ਗਏ ਆ ਸਾਡਾ ਇਲਾਕਾ ਜਲਾਲਪੁਰ ਹਲੇ ਤੱਕ ਤੁਹਾਨੂੰ ਨਹੀਂ ਉੱਥੇ ਵੇਖਿਆ ਜਲਾਲਪੁਰ ਮੈਂ ਗਈ ਸੀ ਜੀ 7 ਦੇ ਫੰਕਸ਼ਨ ਤੇ ਉਸ ਤੋਂ ਬਾਅਦ ਜਲਾਲਪੁਰ 'ਚ ਅ ਅਲਾ ਦਾ ਫਜ਼ਲ ਹੈ ਕਾਫੀ ਕਰਾ ਆਪਣੇ ਨਾਲ ਲੈ ਇਹ ਨਹੀਂ ਕਿ ਮੈਂ ਕੋਈ ਬੜੀ ਉਹ ਕੌਨਫੀਡੈਂਟ ਹੋ ਕੇ ਆ ਲੇਕਿਨ ਮੈਂ ਮੁਤਮੈਨਾਂ ਜਲਾਲਪੁਰ ਤੋਂ ਅਰ ਵਿਜ਼ਿਟ ਵੀ ਕਰਦੀ ਰਹਿਣੀਆ ਸ਼ਾਇਦ ਤੁਹਾਨੂੰ ਇਹਦਾ ਅੰਦਾਜ਼ਾ ਨਹੀਂ ਜੀ ਜਨਾਬ ਮੋhtਰਮਾ ਸਾਹਿਬਾ ਸਾਡੀ ਤਾਂ ਦੁਆ ਹੈ ਅੱਲਾ ਪਾਕ ਤੁਹਾਨੂੰ ਕਾਮਯਾਬ ਕਰੇ ਆਪਣੇ ਮਿਸ਼ਨ ਵਿੱਚ ਤੇ ਨੰਦਾ ਵੀ ਸਿਆਸਤ ਵਿੱਚ ਆਉਂਦਾ ਇਹ ਮਿਸ਼ਨ ਹੈ ਔਰ ਆਪਣੀ والدہ ਦੇ ਮਿਸ਼ਨ ਨੂੰ ਲੈ ਕੇ ਅੱਗੇ ਜਾਣਾ ਯਾਨੀ ਕਿ ਗਰੀਬ ਔਰ مستحق ਲੋਕਾਂ ਦੀ ਅਮ ਕिजਮਤ ਕਰਨਾ ਅੱਲਾ ਨੰਦੇ ਖਿਦਮਤ ਨੂੰ ਔਰ ਨੰਦੇ ਇਸ ਮਿਸ਼ਨ ਨੂੰ ਕਾਮਯਾਬ ਰੱਖੇ ਤੇ ਇਸ ਸਨੈਰੀ ਮੈਂ ਤੁਹਾਡਾ ਆਪਣਾ ਹੋਸਟ ਚੋ ਦੇ ਬਾਵ ਸ਼ਿਰਕਾ ਨੂੰ ਇਜਾਜ਼ਤ ਚ ਵਸਲਾ